ਚੈੱਕ ਲਾ ਕੇ ਯਾਰ ਕੱਢਣ ਗਏ ਤੁਸੀਂ ਬਾਹਰ ਬਾਈ ਤੂੰ ਵੀ ਆ ਬਾਹਰ ਇੱਧਰ ਡਰਾਈਵਰ ਉਹ ਡਰਾਈਵਰ ਛੋਟੇ ਭਾਈ ਆ ਜਾ ਬਾਹਰ ਯਾਰ ਘੋੜੇ ਚ ਬੰਦਾ ਆ ਯਾਰ ਤੇਰਾ ਉਹਨਾਂ ਨੂੰ ਵੜਨ ਦੇ ਤੇ ਫੋਨ ਨਹੀਂ ਸੁਣਨਾ ਬਾਹਰ ਆ ਕੇ ਬਾਈ ਫੋਨ ਬਾਹਰ ਸੁਣ ਲਾ ਕੇ ਵੱਡੇ ਵੀਰੇ ਬੰਦਾ ਕੱਢ ਲੈਣ ਦੇ ਯਾਰ ਬਾਰੀ ਦਾ ਖੋਲ ਇੱਕ ਮਿੰਟ ਆ ਫੜੀ ਯਾਰ ਸੱਬਲਾ ਕਿਤੇ ਬਣਿਆ ਪਈ ਇਧਰੋਂ ਸੱਬਲ ਛੱਡਣ ਲੱਗ ਇੱਧਰ ਛੱਡ ਖੋਲਦੇ ਖੋਲਦੇ ਕੋਈ ਗੱਲ ਹਾਂਜੀ ਚੱਲ ਅੰਦਰ ਚੱਲ ਛੱਡਦੇ ਲੱਤ ਮਾਰ ਇਧਰੋਂ ਵੀ ਜ਼ੋਰ ਲਾ ਚੱਲ ਲਾ ਜ਼ੋਰ ਗਈ 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 ਚੱਲ ਚੱਲ ਲੋਕ ਫ੍ਰੀ ਆ ਇਕੱਠੀ ਹੋਈ ਆ ਬਾਰੀ ਲੋਕ ਟੁੱਟਾ ਤੈਨੂੰ ਤਾਂ ਲੱਗਦਾ ਵੀਰ ਚੱਲ ਚੱਲ ਆਵੇ ਭਾਵੇਂ ਨੂੰ ਭਾਵੇਂ
ਗੱਡੀ ਮੜਾ ਰਹੇ ਹੋ ਬਾਈ ਬਣਿਆ ਉਧਰ ਲਾ ਕੇ ਲੈ ਗਏ ਬਾਈ ਬਾਈ ਨਹੀਂ 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 ਬਾਈ ਹਾਂਜੀ ਸਾਹਮਣੇ ਫੜਕੇ ਰੱਖੀ ਬਾਈ ਬਾਈ ਬੈਟਰੀ ਵਾਲਾ ਕਿਹੜਾ ਇੱਧਰ ਆਈ ਬਾਈ ਬੈਟਰੀ ਵਾਲਾ ਇੱਥੇ ਹੱਥ ਨਾ ਪਾ ਬਾਈ ਲੱਤ ਖਿੱਚੀ ਵੀ ਉਹਦੀ ਫੇਚਰ ਲਿਆ ਸਮਾਜ ਸੇਵਾ ਸੋਸਾਇਟੀ ਅਗੇਕੜ ਮੁੱਦਾ 24 ਘੰਟੇ ਸੇਵਾ ਨੂੰ ਸਮਰਪਿਤ ਆ ਜਿੱਥੇ ਕਿ ਅੱਜ ਕੋਟਪੂਰਾ ਬਾਈਪਾਸ ਨੇੜੇ ਰੇਲਵੇ ਬ੍ਰਿਜ ਦੇ ਉੱਪਰ ਜੋ ਰੇਤਾ ਨਾਲ ਭਰਿਆ ਟਰਾਲਾ ਪੁਲ ਨੂੰ ਕ੍ਰੋਸ ਕਰ ਰਿਹਾ ਸੀਗਾ ਜਿਹਦੇ ਕਿ ਪਿੱਛੋਂ ਓਵਰ ਸਪੀਡ ਕਹਿ ਲਓ ਜਾਂ ਕਿਸ ਤਰ੍ਹਾਂ ਦਾ ਵੀ ਜਿਹੜਾ ਹੋਇਆ ਤੇ ਵੀਰ ਨੇ ਟਰਾਲੇ ਵਾਲੇ ਨੇ ਲਿਆ ਕੇ ਪਿੱਛੇ ਟਰਾਲੀ ਦੇ ਪਿੱਛੇ ਮਾਰਿਆ ਜਿਸ ਦੇ ਨਾਲ ਕੀ ਕਹੀਏ ਵੀ ਜਿਹੜਾ ਟਰੈਕਟਰ ਚਾਲਕ ਸੀਗਾ ਪੁਲ ਤੋਂ ਥੱਲੇ ਡਿੱਗ ਪਿਆ ਤੇ ਗੰਭੀਰ ਸੱਟਾਂ ਲੱਗੀਆਂ ਤੇ ਉਸ ਨੂੰ ਵੀ ਸਿਵਲ ਹਸਪਤਾਲ ਮੋਗਾ ਵਿਖੇ ਪਹੁੰਚਾਇਆ ਗਿਆ ਵਾ ਜਿਹੜੇ ਕਿ ਗੱਲ ਕਰੀਏ ਟਰੱਕ ਡਰਾਈਵਰ ਬਿਲਕੁਲ ਠੀਕ ਆ ਜਿਹੜਾ ਦਾ ਕਨੈਕਟਰ ਸੀ ਪੂਰੀ ਤਰ੍ਹਾਂ ਫਸਿਆ ਹੋਇਆ ਸੀ ਬਹੁਤ ਹੀ ਜਦੋ ਜਹਦੀ ਤੇ ਜਿਹੜਾ ਕਿ ਜਿੰਨਾ ਵੀ ਕਹਿ ਲਓ ਵੀ ਮਹੱਲਾ ਨਿਵਾਸੀ ਕਹਿ ਲਓ ਜਾਂ ਰਾਹਗੀਰੀ ਕਹਿ ਲਓ ਸਾਰਿਆਂ ਭਰਾਵਾਂ ਦੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਤੇ ਜਿਹੜਾ ਕਿ ਉਹਨੂੰ ਬਾਹਰ ਕੱਢਿਆ ਗਿਆ ਤੇ ਹੁਣ ਉਸ ਵੀਰ ਨੂੰ ਸਮਾਜ ਸੇਵਾ ਸੋਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਸਿਵਲ ਹਸਪਤਾਲ ਮੋਗਾ ਵਿਖੇ ਪਹੁੰਚਾਇਆ ਗਿਆ ਵਾਹਿਗੁਰੂ ਕੇ ਹਮੇਸ਼ਾ ਹੀ ਅਰਦਾਸ ਕਰਦੇ ਵੀ ਸੱਚੇ ਪਾਤਸ਼ਾਹ ਹਰ ਘਰੇ ਖੁਸ਼ੀਆਂ ਖੇੜੇ ਬਖਸ਼ੀ ਜਿੱਥੇ ਕਿ ਗੱਲ ਕਰੀਏ ਕਿਉਂਕਿ ਹਮੇਸ਼ਾ ਹੀ ਸਾਡਾ ਸਮਾਜ ਸੇਵਾ ਤਾਂ ਹਰੇਕ ਸਾਲ ਹੀ ਮੈਸੇਜ ਪਾਉਂਦੇ ਕਿਉਂਕਿ ਧੁੰਦ ਦਾ ਕਹਿਰ ਇਸ ਟਾਈਮ ਬਹੁਤ ਜ਼ਿਆਦਾ ਆ ਤੇ ਜਿਹੜੇ ਵੀ ਵੀਰ ਨੇ ਭੈਣ ਨੇ ਭਰਾ ਨੇ ਆਪਣੇ ਘਰ ਤੋਂ ਨਿਕਲ ਕੇ ਆਪਦਾ ਟਾਈਮ ਨਾਲ ਘਰ ਪਹੁੰਚੋ ਇਹੀ ਵਾਹਿਗੁਰੂ ਦੀ ਅਰਦਾਸ ਕਰਦੇ ਹਾਂ ਕਿਉਂਕਿ ਜੋ ਜਿਹੜਾ ਹਾਦਸਾ ਆਇਆ ਹੈ ਇੱਕ ਕਹਿ ਲਓ ਧੁੰਦ ਕਾਰਨ ਹੋਇਆ ਜਾਂ ਓਵਰ ਸਪੀਡ ਹੋਣ ਕਾਰਨ ਆਇਆ ਵਾਹਿਗੁਰੂ ਦੀ ਰਸਮਤ ਬਖਸ਼ੇ ਤੇ ਅੱਗੇ ਜੋ ਵੀ ਸੇਵਾਵਾਂ ਸਮਾਜ ਸੇਵਾ ਸੋਸਾਇਟੀ ਵੱਲੋਂ ਨਿਰੰਤਰ ਜਾਰੀ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।